ਕਿ ਜਿੰਨੀ ਰਣਜੀਤ ਸਿੰਘ ਕਮਿਸ਼ਨ ਨੇ ਜੋ ਇਨਕੁਆਇਰੀ ਕੀਤੀ ਉਹ ਤਾਂ ਸਾਰੀ ਜ਼ੀਰੋ ਆ। ਅਕਾਲੀ ਦਲ ਨੇ ਉੱਥੇ 5 ਰੁਪਏ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਮੁੱਲ ਪਾਇਆ ਸੀ ਅਤੇ ਕਾਂਗਰਸ ਨੇ ਤਾਂ ਮੇਰਾ ਖਿਆਲ ਉਹ ਵੀ ਨਹੀਂ ਪਾਇਆ ਲੱਗਦਾ। ਅਜੇ ਵੀ ਇਹ 4 ਦਿਨਾਂ ਦੇ ਵਿੱਚ ਬੜਾ ਕੁਛ ਕਰ ਸਕਦੇ ਆ, ਜੇ ਇਹਨਾਂ ਦੀ ਮਨਸ਼ਾ ਹੋਵੇ ਤਾਂ 4 ਘੰਟਿਆਂ 'ਚ ਕਰ ਸਕਦੇ ਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੋਂ ਬਾਅਦ ਕਾਂਗਰਸ ਵੱਲੋਂ SIT ਦਾ ਗਠਨ ਕੀਤਾ ਗਿਆ ਤੇ ਇਹਦੀ ਜਾਂਚ ਕਰਨ ਦੀ ਜ਼ਿੰਮੇਵਾਰੀ 5 ਅਫਸਰਾਂ ਨੂੰ ਦਿੱਤੀ ਗਈ ਹੈ। ਇਸ ਟੀਮ ਵੱਲੋਂ ਜਾਂਚ ਹਲੇ ਸ਼ੁਰੂ ਵੀ ਨਹੀਂ ਕੀਤੀ ਗਈ ਕਿ ਹਰਵਿੰਦਰ ਫੂਲਕਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਬਣਾਈ ਗਈ ਇਸ ਸਿੱਟ ਦਾ ਵੀ ਪਰਦਾ ਫਾਸ਼ ਕਰ ਦਿੱਤਾ। ਫੂਲਕਾ ਦਾ ਕਹਿਣਾ ਹੈ ਕਿ ਇਸ ਸਿੱਟ ਦਾ ਕੋਈ ਵੀ ਫਾਇਦਾ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦਾ ਮੁੱਲ ਅਕਾਲੀ ਦਲ ਨੇ 5 ਰੁਪਏ ਪਾਇਆ ਸੀ, ਪਰ ਇਸ SIT ਨੂੰ ਜੋ 4 ਕੇਸਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਉਸ ਨਾਲ ਇਹ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ 0 ਰੁਪਏ ਹੀ ਮੁੱਲ ਪਾਇਆ। ਕਿ ਜਿੰਨੀ ਰਣਜੀਤ ਸਿੰਘ ਕਮਿਸ਼ਨ ਨੇ ਜੋ ਇਨਕੁਆਇਰੀ ਕੀਤੀ ਉਹ ਤਾਂ ਸਾਰੀ 0 ਆ। ਅਕਾਲੀ ਦਲ ਨੇ ਉੱਥੇ 5 ਰੁਪਏ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਮੁੱਲ ਪਾਇਆ ਸੀ ਅਤੇ ਕਾਂਗਰਸ ਨੇ ਤਾਂ ਮੇਰਾ ਖਿਆਲ ਉਹ ਵੀ ਨਹੀਂ ਪਾਇਆ ਲੱਗਦਾ। ਆਹ ਮੈਂ FIR ਦੀ ਕਾਪੀ ਨਿਕਾਲ ਕਢਾ ਕੇ ਲਿਆਇਆ। ਉਹ ਜਿਹੜੀ FIR SIT ਨੂੰ ਭੇਜੀ ਆ ਇਹ 129 ਨੰਬਰ FIR ਆ ਜੀ, ਇਹ ਦੇਖ ਲਓ। ਇਹ 7 ਅਗਸਤ 2018 ਨੂੰ ਇਹ ਰਜਿਸਟਰ ਹੋਈ ਆ, 129 ਨੰਬਰ FIR ਆ। ਇਹ FIR ਆ ਉਹ ਕੋਟਕਪੂਰਾ ਥਾਣੇ ਦੀ ਅਤੇ ਇਹਦੇ ਅਗੇਂਸਟ ਵਿੱਚ ਮੁਲਜ਼ਮਾਂ ਦੇ ਨਾਮ, ਆਹ ਜਿਹੜੇ ਮੁਲਜ਼ਮਾਂ ਦੇ ਨਾਮ ਲਿਖੇ ਆ ਅਨਨੋਨ ਅਣਪਛਾਤੇ, ਉਹੀ ਉਹ ਤਰ੍ਹਾਂ ਦੀ FIR ਜੋ ਜਸਟਿਸ ਉਹ ਬਾਦਲ ਸਰਕਾਰ ਦੇ ਵੇਲੇ ਉਹਨਾਂ ਨੇ ਅਣਪਛਾਤੇ ਪੁਲਿਸ ਅਫਸਰਾਂ 'ਚ ਰਜਿਸਟਰ ਖਿਲਾਫ਼ ਰਜਿਸਟਰ ਕੀਤੀ ਸੀ ਰਣਜੀਤ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਤੋਂ ਮਗਰੋਂ। ਉਹੀ ਉਹ ਜੀ FIR ਇਸ ਸਰਕਾਰ ਨੇ ਰਜਿਸਟਰ ਕੀਤੀ। ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਜੋ ਤੱਤ ਆਇਆ ਉਹ ਵਿੱਚ ਬਿਲਕੁਲ ਨਹੀਂ ਇਨਕਲੂਡ ਕੀਤੇ ਅਤੇ ਇਹੋ ਹੀ FIR ਆ ਜਿਹੜੀ ਕਿ ਭੇਜੀ ਗਈ ਆ। ਇਹ FIR ਇੱਕ ਅਜੀਤ ਸਿੰਘ ਨਾਮ ਦੇ ਆਦਮੀ ਨੇ ਰਜਿਸਟਰ ਕੀਤੀ ਆ ਜਿਹਦੇ ਗੋਲੀ ਲੱਗੀ ਸੀ, ਅਤੇ ਹੋਰ ਕੋਈ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਬੇਸ ਦੇ ਉੱਤੇ ਹੋਰ ਇਸ ਸਰਕਾਰ ਨੇ ਕੋਈ FIR ਰਜਿਸਟਰ ਨਹੀਂ ਕੀਤੀ। ਮੈਂ ਕਿਹਾ ਇਹ ਜੋ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਚੈਲੇਂਜ ਕੀਤਾ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਹਨਾਂ ਨੇ ਕੁਛ ਨਹੀਂ ਕਰਨਾ, ਉਹਨਾਂ ਨੂੰ ਪਤਾ ਸੀ ਕਿ ਜਿਹੜੀ FIR ਇਹੀ ਜੀ ਆ ਅਣਪਛਾਤਿਆਂ ਦੇ ਖਿਲਾਫ਼ ਆ, ਇਸੇ ਕਰਕੇ ਚੈਲੰਜ ਕੀਤਾ। ਹੁਣ ਇਹ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਹੁਣ ਇਹ ਕਰ ਰਹੇ ਆ ਮੰਤਰੀ, ਅੱਜ ਮੇਰੀ ਫਿਰ ਉਹਨਾਂ 5 ਮੰਤਰੀਆਂ ਨੂੰ ਫਿਰ ਅੱਜ ਮੇਰਾ ਚੈਲੇਂਜ ਆ, ਜਿਹੜੀਆਂ ਵੱਡੀਆਂ ਵੱਡੀਆਂ ਤੁਸੀਂ ਗੱਲਾਂ ਕਰ ਰਹੇ ਹੋ ਤੁਹਾਡੇ ਐਕਸ਼ਨ ਕੁਛ ਹੋਰ ਕਹਿ ਰਹੇ ਆ, ਤੁਹਾਡੀ ਜਵਾਨ ਕੁਛ ਹੋਰ ਕਹਿ ਰਹੀ ਆ, ਤੁਹਾਡੇ ਹੱਥ ਵਿੱਚ ਆਰਡਰ ਲਿਖਣ ਵਾਲੇ ਕੁਛ ਹੋਰ ਕਹਿ ਰਹੇ ਆ ਬਿਲਕੁਲ, ਅਤੇ ਇਹ ਪੂਰੀ ਤਰ੍ਹਾਂ ਜੋ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਅੱਜ ਇਹੋ 5 ਮੰਤਰੀ ਅਤੇ ਅੱਜ ਸਿੱਧੂ ਸਾਹਿਬ, ਉਹਨਾਂ ਨੂੰ ਵੀ ਮੈਂ ਇਹ ਬੇਨਤੀ ਕਰਦਾ ਕਿ ਸਿੱਧੂ ਸਾਹਿਬ ਗੱਲਾਂ ਤਾਂ ਬੜੀਆਂ ਹੋ ਗਈਆਂ, ਆਹ ਜੋ ਐਕਸ਼ਨ ਲਿਆ ਆਹ ਤੁਹਾਡੇ ਸਾਹਮਣੇ ਆ, ਐਕਸ਼ਨ ਇਹ ਆ, ਇਹ ਜੇ ਪੰਜਾਬ ਨੂੰ ਗੁੰਮਰਾਹ ਦੀ ਤਾਂ ਹੋਰ ਕੀ ਆ। ਤੋ ਇਸੇ ਕਰਕੇ ਇਹ ਜਿਹੜਾ ਮੈਨੂੰ ਅਸਤੀਫੇ ਵਾਲਾ, ਮੈਂ ਕੋਈ ਖੁਸ਼ ਨਹੀਂ ਸੀ ਪਰ ਮੈਂ ਇਹਨਾਂ ਦੇ ਮੁਨਸਫੇ ਸਮਝ ਗਿਆ ਸੀ, ਇਸੇ ਕਰਕੇ ਮੈਨੂੰ ਇਹ ਅਸਤੀਫੇ ਵਾਲਾ ਕਦਮ ਚੁੱਕਣਾ ਪਿਆ ਸੀ, ਇਸੇ ਕਰਕੇ ਮੈਂ ਇਹਨਾਂ ਨੂੰ ਕਿਹਾ। ਅਜੇ ਵੀ 4 ਦਿਨ ਪਏ ਆ, ਅਜੇ ਵੀ ਇਹ 4 ਦਿਨਾਂ ਦੇ ਵਿੱਚ ਬੜਾ ਕੁਛ ਕਰ ਸਕਦੇ ਆ, ਜੇ ਇਹਨਾਂ ਦੀ ਮਨਸ਼ਾ ਹੋਵੇ ਤਾਂ 4 ਘੰਟਿਆਂ 'ਚ ਕਰ ਸਕਦੇ ਆ, ਪਰ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰੋ, ਮਜ਼ਾਕ ਨਾ ਕਰੋ। ਇੰਨਾ ਸੀਰੀਅਸ ਮੁੱਦਾ ਜੋ ਬੇਅਦਬੀ ਵਾਲਾ, ਉਹ ਬੇਅਦਬੀ ਵਾਲੇ ਮੁੱਦੇ 'ਤੇ ਇਸ ਤਰ੍ਹਾਂ ਘਿਨਾਉਣਾ ਮਜ਼ਾਕ ਪੰਜਾਬ ਦੀ ਜਨਤਾ ਨਾਲ ਨਾ ਕਰੋ। ਜੇ ਤੁਹਾਡੇ 'ਚ ਦਾਵਾ, ਪ੍ਰਕਾਸ਼ ਸਿੰਘ ਬਾਦਲ ਨੇ ਚੈਲੰਜ ਕੀਤਾ, ਜੇ ਦਾਵਾ ਅਤੇ ਜੇ ਦਾਵਾ ਤਾਂ ਕਰਕੇ ਦਿਖਾਓ, ਮੂੰਹੋਂ ਜਵਾਨ ਨਾਲ ਨਹੀਂ ਹੱਥ ਨਾਲ ਆਰਡਰ ਪਾਸ ਕਰਕੇ ਕਰੋ ਜੋ ਕਰਨਾ, ਕਰਕੇ ਗੁੰਮਰਾਹ ਬਿਲਕੁਲ ਪੂਰੀ ਤਰ੍ਹਾਂ ਸਾਰਿਆਂ ਨੂੰ ਬਚਾਇਆ ਜਾ ਰਿਹਾ, ਰਾਮ ਰਹੀਮ ਨੂੰ ਵੀ ਬਚਾਇਆ ਜਾ ਰਿਹਾ, ਸਮੇਤ ਸੈਨੀ ਨੂੰ ਬਚਾਇਆ ਜਾ ਰਿਹਾ, ਪ੍ਰਕਾਸ਼ ਸਿੰਘ ਬਾਦਲ ਨੂੰ ਬਚਾ ਰਿਹਾ, ਸਾਰਿਆਂ ਨੂੰ ਬਚਾਇਆ ਜਾ ਰਿਹਾ। HS ਫੁਲਕਾ ਨੇ ਕਿਹਾ ਕਿ ਅਸਤੀਫਾ ਦੇਣ ਦਾ ਉਹਨਾਂ ਦਾ ਫੈਸਲਾ ਅਟਲ ਹੈ ਤੇ ਉਹ ਇਸ ਫੈਸਲੇ ਤੇ ਡਟੇ ਰਹਿਣਗੇ ਅਤੇ 15 ਸਤੰਬਰ ਨੂੰ ਹੀ ਉਹ ਹਰ ਹਾਲਤ ਵਿੱਚ ਆਪਣਾ ਅਸਤੀਫਾ ਸ਼੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਰੱਖਣਗੇ। ਦੱਸ ਦਈਏ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ HS ਫੁਲਕਾ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਉਹਨਾਂ ਨੂੰ ਇਹ ਅਸਤੀਫਾ ਨਾ ਦੇਣ ਦੀ ਗੱਲ ਕਹੀ ਗਈ, ਪਰ HS ਫੁਲਕਾ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਵੀ ਮੂੰਹ ਤੋੜਵਾਂ ਜਵਾਬ ਦੇ ਦਿੱਤਾ। 15 ਸਤੰਬਰ ਵਿੱਚ ਹੁਣ 3 ਦਿਨ ਬਾਕੀ ਨੇ ਅਤੇ ਜਿਸ ਤਰੀਕੇ ਨਾਲ ਕਾਂਗਰਸ ਵੱਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਉਸ ਤੋਂ ਇਹ ਸਾਫ਼ ਲੱਗ ਰਿਹਾ ਕਿ ਫੁਲਕਾ ਦਾ ਅਸਤੀਫਾ ਪੱਕਾ ਹੈ। ਫਿਰ ਵੀ ਵੇਖਣਾ ਹੋਵੇਗਾ ਕਿ ਇਹਨਾਂ ਥੋੜੇ ਦਿਨਾਂ ਵਿੱਚ ਬਾਜੀ ਕਿਸ ਪਾਸੇ ਪਲਟਦੀ ਹੈ। ਦੇਖੋ ਮੇਰਾ ਫੈਸਲਾ ਤਾਂ ਅਟਲ ਆ, ਬਿਲਕੁਲ ਪੂਰੀ ਤਰ੍ਹਾਂ ਅਟਲ ਆ,
ਔਰ ਇਹੀ ਗੱਲ ਕਰਨ ਦੇ ਵਾਸਤੇ ਕੱਲ ਮੈਨੂੰ ਕੇਜਰੀਵਾਲ ਨੇ ਬੁਲਾਇਆ ਸੀ। ਮੈਂ ਕੇਜਰੀਵਾਲ ਜੀ ਕੋਲੇ ਗਿਆ ਤੇ ਮੈਂ ਕਿਹਾ ਜੀ ਜਦੋਂ ਮੈਂ ਉਹਨਾਂ ਨੂੰ ਇਹ ਸਾਰੀ ਕਹਾਣੀ ਦੱਸੀ, ਉਹ ਮੈਂ ਕਿਹਾ ਇਹ ਤਾਂ ਕਮਿਸ਼ਨ ਦੀ ਰਿਪੋਰਟ, ਉਹਨੇ ਖੁਦ ਉਹ ਮੰਨੇ, ਕਹਿੰਦੇ ਤੁਹਾਡਾ ਫੈਸਲਾ ਬਿਲਕੁਲ ਸਹੀ ਆ, ਕਿਉਂਕਿ ਜੋ ਕਮਿਸ਼ਨ ਦੀ ਰਿਪੋਰਟ ਤੋਂ ਮਗਰੋਂ ਫੈਸਲਾ ਜੋ ਲੈਣਾ ਹੁੰਦਾ ਉਹ ਫੈਸਲਾ ਲੈਣਾ ਹੁੰਦਾ ਵਿਧਾਨ ਸਭਾ ਨੇ ਔਰ ਇਹ ਸਰਕਾਰ ਨੇ, ਅਤੇ ਇਹ ਜਦੋਂ SIT ਨੂੰ ਕੇਸ ਭੇਜ ਰਿਹਾ ਸਰਕਾਰ ਨੇ ਭੇਜਣੇ ਆ, ਜਦੋਂ SIT ਨੂੰ ਸਰਕਾਰ ਨੇ ਕੇਸ 'ਚੋਂ ਜਿਹੜਾ ਭੇਜਿਆ ਉਹ ਅਣਪਛਾਤਿਆਂ ਦੇ ਖਿਲਾਫ ਭੇਜਤਾ, ਰਣਜੀਤ ਸਿੰਘ ਰਿਪੋਰਟ ਨੂੰ ਤਾਂ ਰੱਦੀ ਦੀ ਟੋਕਰੀ ਸੁੱਟਤਾ, ਉਹਦੇ ਤਾਂ ਬੇਸ ਦੇ ਉੱਤੇ ਕੋਈ ਐਕਸ਼ਨ ਹੀ ਨਹੀਂ ਲਿਆ, ਅਤੇ ਇਹ ਤਾਂ ਲੋਕਾਂ ਨੂੰ ਬਿਲਕੁਲ ਬੇਵਕੂਫ ਬਣਾਉਣ ਵਾਲੀ ਗੱਲ ਆ। ਇਸ ਕਰਕੇ ਮੇਰਾ ਖਿਆਲ ਆ ਕਿ ਇਹ ਜੋ ਜੇ ਇਹਨਾਂ ਨੇ 15 ਤੱਕ ਨਹੀਂ ਕੀਤਾ, ਮੇਰਾ ਫੈਸਲਾ ਟਾਲਾ ਅਤੇ ਕਰਨਾ ਹੀ ਪੈਣਾ, ਇਹ ਤਾਂ ਬੜੀ ਛੋਟੀ ਜਿਹੀ ਚੀਜ਼ ਆ, ਐਡਾ ਵੱਡਾ ਮੁੱਦਾ ਇਹ ਤਾਂ ਬੜੀ ਛੋਟੀ ਜਿਹੀ ਚੀਜ਼। ਕੇਜਰੀਵਾਲ ਤੁਹਾਡਾ ਸਹਿਮਤ ਨੇ ਨਾਲ ਖੜੇ ਨੇ? ਮੈਂ ਕਿਹਾ ਜਦੋਂ ਮੈਂ ਕੱਲ੍ਹ ਜਾ ਕੇ ਕਿਹਾ ਅਤੇ ਉਹ ਬਿਲਕੁਲ ਪੂਰੀ ਤਰ੍ਹਾਂ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਘਬਰਾਹਟ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬ।